ਇਹ ਜੋ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਪੰਚਕੂਲਾ ਬਾਰਡਰ ਨਾਲ ਲੱਗਦੇ ਜ਼ੀਰਕਪੁਰ ਏਰੀਏ ਦੀ ਹੈਗੀਆਂ, ਜਿੱਥੇ ਪੰਜਾਬ ਐਕਸਾਈਜ਼ ਵਿਭਾਗ ਮੋਹਾਲੀ ਦੀ ਟੀਮ ਵੱਲੋਂ ਵੱਡੇ ਪੱਧਰ 'ਤੇ ਨਾਕਾਬੰਦੀ ਕੀਤੀ ਹੋਈ ਦੱਸਦੀ ਹੈ ਕਿ ਇਹ ਨਾਕਾਬੰਦੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਾਰੀ ਹੈ ਔਰ ਇੱਥੋਂ ਲੰਘਣ ਵਾਲੇ ਹਰੇਕ ਵਹੀਕਲ ਦੀ ਬਰੀਕੀ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਤਾਂ ਜੋ ਹਰਿਆਣਾ ਵਿਖੇ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਵੀ ਤਰ੍ਹਾਂ ਨਜਾਇਜ਼ ਸ਼ਰਾਬ ਦੀ ਵਰਤੋਂ ਨਾ ਹੋ ਸਕੇ ਅਤੇ ਨਜਾਇਜ਼ ਸ਼ਰਾਬ ਦੀ ਤਸਕਰੀ ਨੂੰ ਰੋਕਿਆ ਜਾ ਸਕੇ ਸੰਬੰਧੀ ਗੱਲਬਾਤ ਕਰਦੇ ਹੋਏ ਐਕਸਾਈਜ਼ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਿਭਾਗ ਦੀ ਟੀਮ ਅਤੇ ਐਕਸਾਈਜ਼ ਵਿਭਾਗ ਦੀ ਟੀਮ ਵੱਲੋਂ ਸਾਂਝੇ ਤੌਰ 'ਤੇ ਰਾਤ ਦਿਨ ਇੱਕ ਕਰਕੇ ਨਾਕਾਬੰਦੀ ਕੀਤੀ ਤਾਂ ਜੋ ਸੁਚਾਰੂ ਢੰਗ ਨਾਲ ਚੋਣਾਂ ਕਰਵਾਈਆਂ ਜਾ ਸਕਣ। ਉਹਨਾਂ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਹਰਿਆਣਾ ਬਾਰਡਰ ਦੇ ਨਾਲ ਲੱਗਦਾ ਏਰੀਆ 3 ਕਿਲੋਮੀਟਰ ਏਰੀਏ ਦੇ ਵਿੱਚ ਸਾਰੇ ਠੇਕਿਆਂ ਨੂੰ ਬੰਦ ਰੱਖਿਆ ਗਿਆ ਤਾਂ ਜੋ ਹਰਿਆਣਾ ਵਿਖੇ ਸ਼ਰਾਬ ਦੀ ਸਪਲਾਈ ਨਾ ਹੋ ਸਕੇ। ਔਰ ਦੱਸ ਦਈਏ ਕਿ ਕੱਲ੍ਹ ਨੂੰ 5 ਅਕਤੂਬਰ ਨੂੰ ਹਰਿਆਣਾ ਵਿਖੇ ਵਿਧਾਨ ਸਭਾ ਵੋਟਾਂ ਪੈਣੀਆਂ। ਇਸ ਸੰਬੰਧੀ ਪੰਜਾਬ ਐਕਸਾਈਜ਼ ਵਿਭਾਗ ਦੀ ਟੀਮ ਵੱਲੋਂ ਵੱਡੀ ਪੱਧਰ 'ਤੇ ਤਲਾਸ਼ੀ ਅਭਿਆਨ ਚਲਾਇਆ ਗਿਆ ਔਰ ਸ਼ੱਕੀ ਥਾਵਾਂ ਦੀ ਤਲਾਸ਼ੀ ਲਈ ਜਾ ਰਹੀ, ਵਾਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਔਰ ਨਜਾਇਜ਼ ਸ਼ਰਾਬ ਦੀ ਤਸਕਰੀ ਨੂੰ ਪੂਰੇ ਤੌਰ 'ਤੇ ਰੋਕਿਆ ਗਿਆ ਹੈ। ਸਰ, ਇਹ ਜੋ ਜਾਂਚ ਚੱਲ ਰਹੀ ਹੈ ਆਪਕੀ ਐਕਸਾਈਜ਼ ਕੀ, ਕਿਆ ਹੈ ਇਹ? ਇਹ ਐਕਚੁਅਲੀ ਬੇਸਿਕਲੀ ਕਿਆ ਹੈ ਕਿ ਹਰਿਆਣਾ ਵਿਧਾਨ ਸਭਾ ਕੇ ਇਲੈਕਸ਼ਨ ਹੈ 5 ਅਕਤੂਬਰ ਤੋਂ, ਉਸਕੇ ਮੱਦੇਨਜ਼ਰ ਹਮਾਰੇ ਐਕਸਾਈਜ਼ ਕਮਿਸ਼ਨਰ ਸ਼੍ਰੀ ਵਰੁਣ ਊਜਮ ਜੀ ਕੇ ਦਿਸ਼ਾ ਨਿਰਦੇਸ਼ੋਂ ਕੇ ਸਾਥ ਸ਼੍ਰੀ ਹਮਾਰੇ ਸ਼੍ਰੀ ਅਸ਼ੋਕ ਚੋਤਰਾ ਜੀ ਜੋ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਹੈ ਔਰ ਹਮਾਰੇ ਈਟੀਓ ਸ਼੍ਰੀ ਦਿਵਾਨਚੰਦ ਸ਼ਰਮਾ ਜੀ ਕੇ उनके दिशा निर्देशों के अंडर हम लोग यहाँ पे नाका लगाया हुआ ताकि किसी तरह के भी जो लिकर की है वो इलीगल मूवमेंट ना हो, उसको रोकने के लिए नाके लगाए गए हैं और चेकिंग चल रही है। कल चुनाव है हरियाणा में, तो क्या ये जो बॉर्डर एरिया बंद रहेगा शराब के ठेके हुआ? ये हमने 3 किलोमीटर के दायरे में जो बॉर्डर के आते हैं शराब के ठेके, वो सारे बंद हैं। वो कल से ही बंद है, 3 तारीख को बंद हो गए थे और 5 तारीख को शाम को 6 बजे तक बंद रहेंगे।